ਅੱਜ ਕੱਲ੍ਹ ਨਾ ਆਪਣੇ ਕਿਸਾਨ ਵੀਰ ਆਹ ਹਰਾ ਜਿਹਾ ਫੰਗੀਸਾਈਡ ਬਹੁਤ ਪਾਉਂਦੇ ਆ, ਉਹੀ ਹਰਾ ਜਿਹਾ ਜਿਹਦੇ ਨਾਲ ਆਪਣੇ ਹੱਥ ਵੀ ਹਰੇ ਜਿਹੇ ਹੋ ਜਾਂਦੇ ਅਤੇ ਆਪਾਂ ਜੋ ਯੂਰੀਆ ਨਾਲ ਲਾਉਂਦੇ ਆ ਨਾ ਯੂਰੀਆ ਵੀ ਹਰੀ ਹਰੀ ਦਿਖਦੀ ਆ। ਕਹਿੰਦੇ ਫੰਗੀਸਾਈਡ ਪਾਉਣ ਨਾਲ ਬੜਾ ਨਜ਼ਾਰਾ ਆਉਂਦਾ, ਇੱਕ ਤਾਂ ਕੋਈ ਬਿਮਾਰੀ ਨਹੀਂ ਆਉਂਦੀ, ਫੰਗੀਸਾਈਡ ਪਾਉਣ ਨਾਲ ਫੰਗਸ ਨਹੀਂ ਪੈਂਦੀ, ਅਤੇ ਦੂਜਾ ਫੁਟਾਰਾ ਬਹੁਤ ਕਰਦਾ ਸਾਡਾ ਝੋਨਾ ਹਰਾ ਹਰਾ ਹੋ ਜਾਂਦਾ। ਕਿਵੇਂ ਹੁੰਦਾ ਗਾ ਉਹ ਆਓ ਜਾਣਦੇ ਆ। ਜਿਹੜੇ ਕਿਸਾਨ ਵੀਰ ਨਵੇਂ ਆ ਜਾਂ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਲਾਲ ਬਟਨ ਦੱਬ ਕੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣ। ਜੇਕਰ ਤੁਸੀਂ ਇਹੀ ਵੀਡੀਓ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰਨਾ ਬਿਲਕੁਲ ਨਾ ਭੁੱਲੋ। ਹੁਣ ਜਿਹੜਾ ਇਹ 12 ਤਰੇਡ ਫੰਗੀਸਾਈਡ ਆਉਂਦਾ, ਹੁਣ ਕਈ ਕਿਸਾਨ ਵੀਰ ਤਾਂ ਕਹਿਣਗੇ ਯਾਰ ਇਹ 12 ਤਰੇਡ ਕੀ ਹੁੰਦਾ ਗਾ। ਦੋਸਤੋ ਇਹ ਉਹੀ ਫੰਗੀਸਾਈਡ ਆ ਜਿਹੜਾ ਤੁਸੀਂ ਨਾ ਹਰਾ ਜਿਹਾ ਲੈ ਕੇ ਆਉਂਦੇ ਹੋ ਆਪਣੇ ਯੂਰੀਏ 'ਚ ਮਿਲਾਉਣ ਅਤੇ ਛਿੱਟੀ ਤਰਿਆਉਣੇ ਝੋਨੇ ਦੇ ਵਿੱਚ ਅੱਗੇ ਫੁਟਾਰਾ ਵਾਲਾ ਕਰਦਾ ਗਾ। ਇਹਦੇ ਵਿੱਚ 12% ਤਾਂ ਹੁੰਦਾ ਗਾ ਕਾਰਬਨਡਿਜ਼ਮ ਅਤੇ 63% ਹੁੰਦਾ ਗਾ ਮੈਨਕੋਡੀਵ। ਹੁਣ ਦੋਸਤੋ ਆਪਣੇ ਕਿਸਾਨ ਵੀ ਪਤਾ ਕਿਉਂ ਪਾਉਂਦੇ ਆ, ਜੜ ਨਾ ਇਹਨਾਂ ਜੜਾਂ ਵਧੀਆ ਬਣ ਜਾਂਦੀਆਂ, ਚਿੱਟੀਆਂ ਚਿੱਟੀਆਂ ਜਿਹੀਆਂ ਹੋ ਜਾਂਦੀਆਂ, ਸਾਫ਼ ਕਰਨਾ ਜੜਾਂ ਨੂੰ, ਕੋਈ ਬਿਮਾਰੀ ਨਹੀਂ ਪੈਂਦੀ, ਫੰਗੀਸਾਈਡ ਹੁੰਦਾ ਝੋਨੇ ਨੂੰ, ਫੰਗੀਸਾਈਡ ਵਾਲਾ ਪੈਂਦਾ ਨਾ, ਫੰਗਸ ਵਾਲੀ ਪੈਂਦੀ ਆ ਤਾਂ ਕਰਕੇ ਪਾਉਂਦੇ ਆ। ਹੁਣ ਦੋਸਤੋ ਜਿਹੜਾ ਹੁਣ ਵਾਲਾ ਮੌਸਮ ਚੱਲੀ ਜਾਂਦਾ ਨਾ ਇਹਦੇ ਵਿੱਚ ਕਿੱਥੋਂ ਫੰਗਸ ਪਊਗੀ, ਪਹਿਲੀ ਗੱਲ ਤਾਂ ਇਹ ਸੁਣ ਲਓ। ਦੂਜੀ ਗੱਲ ਜਦੋਂ ਆਪਾਂ ਰਲਾ ਕੇ ਯੂਰੇ ਥੱਲੇ ਪਾਉਂਦੇ ਹਾਂ ਇਹਨੇ ਕੀ ਕਰਨਾ, ਇੱਕ ਵਾਰ ਆਪਣਾ ਝੋਨਾ ਹਰਾ ਹਰਾ ਹੋ ਜਾਂਦਾ, ਉਹ ਕਿਉਂ ਹੁੰਦਾ, ਇਸ ਫੰਗੀਸਾਈਡ ਕਰਕੇ ਨਹੀਂ ਹੁੰਦਾ, ਇਹਦੇ ਵਿੱਚ ਜਿਹੜਾ ਜਿੰਕ ਆ ਜਿਹੜਾ ਇਹਦੇ ਵਿੱਚ ਮੈਨਕੋਜੀਵ ਨਹੀਂ 63% ਉਹਦੇ ਵਿੱਚ ਚਲੇਟਡ ਜਿੰਕ ਹੁੰਦੀ ਹੈ, ਤਾਂ ਜਿੰਕ ਜਦੋਂ ਆਪਣੀ ਜ਼ਮੀਨ ਅੰਦਰ ਜਾਂਦੇ ਆ ਤਾਂ ਉਹਦੇ ਕਰਕੇ ਕੀ ਹੁੰਦਾ ਆਪਣਾ ਝੋਨਾ ਹਰਾ ਹਰਾ ਹੋ ਜਾਂਦਾ ਗਾ। ਕਿੰਨੀ ਕੁ ਮਾਤਰਾ ਹੁੰਦੀ ਹੈ, ਥੋੜ੍ਹੀ ਜੀ, ਅਤੇ ਇਸ ਨਾਲ ਚੰਗਾ ਤੁਸੀਂ ਸਿੱਧੀ ਡਾਇਰੈਕਟ ਜਿੰਕ ਹੀ ਥੱਲੇ ਪਾ ਦਿਓ, 8-10 ਕਿਲੋ ਜਦੋਂ ਕਿੱਲੇ ਦੀ ਤੁਸੀਂ ਜਿੰਕ ਪਾਓਗੇ ਉਹਦਾ ਵਧੀਆ ਰਿਜ਼ਲਟ ਆਊਗਾ, ਕਿ ਜਿਹੜੀ ਇਹਦੇ ਵਿੱਚ 1-2% ਚਲੇਟਡ ਜਿੰਕ ਹੁੰਦੀ ਹੈ ਉਹਦਾ ਵਧੀਆ ਰਿਜ਼ਲਟ ਆਊਗਾ, ਤੁਸੀਂ ਆਪ ਦੇਖ ਲਓ। ਦੂਜੀ ਗੱਲ ਦੋਸਤੋ ਇਹ ਫਟਾਰਾ ਕਰਾਉਂਦਾ ਕਿ ਨਹੀਂ, ਫਟਾਰਾ ਨਹੀਂ ਕਰਾਉਂਦਾ ਦੋਸਤੋ, ਜਿਹੜੀ ਜਿੰਕ ਆ ਇਕੱਲੀ ਉਹ ਹਰਾਪਾਂ ਲੈ ਕੇ ਹੁੰਦੇ, ਜਿੰਕ ਦੇ ਕਰਕੇ ਫਟਾਰਾ ਹੁੰਦਾ ਗਾ, ਜੇਕਰ ਹੁੰਦਾ ਵੀ ਆ ਤਾਂ, ਪਹਿਲੀ ਗੱਲ ਤਾਂ ਇੰਨਾ ਫਟਾਰਾ ਨਹੀਂ ਹੁੰਦਾ ਗਾ। ਦੂਜੀ ਗੱਲ ਦੋਸਤੋ ਜੇਕਰ ਆਪਣਾ ਝੋਨਾ ਅੜਿਆ ਖੜਾ ਗਾ, ਮੰਨ ਕੇ ਚੱਲੋ ਜੇਕਰ ਆਪਾਂ ਪਾਣੀ ਭਰ ਕੇ ਲਾਉਂਦੇ ਹਾਂ, ਠੀਕ ਆ ਨਾ, ਸੁਕਾਉਂਦੇ ਨਹੀਂ ਤਾਂ ਉਹਦੀਆਂ ਜੜ੍ਹਾਂ ਕਾਲੀਆਂ ਹੋ ਜਾਂਦੀਆਂ, ਜਿਹਦੇ ਕਰਕੇ ਆਪਣਾ ਝੋਨਾ ਰੁਕ ਜਾਂਦਾ, ਫਟਾਰਾ ਉਹਦਾ ਰੁਕ ਜਾਂਦਾ, ਝੋਨਾ ਆਪਣਾ ਸੁੱਕਣ ਲੱਗ ਜਾਂਦਾ, ਲਾਲ ਜਿਹਾ ਹੋ ਜਾਂਦਾ, ਤਾਂ ਉਦੋਂ ਆਪਣੇ ਕਿਸਾਨ ਵੀਰ ਪਾਉਂਦੇ ਆ 12 ਤਰੇਟ, ਤਾਂ ਫਿਰ ਬੜਾ ਨਜ਼ਾਰਾ ਹੁੰਦਾ, ਬੜਾ ਫਟਾਰਾ ਕਰਦਾ। ਤਾਂ ਦੋਸਤੋ ਇਹਦੇ ਨਾਲ ਚੰਗਾ ਤੁਸੀਂ ਪਾਣੀ ਸੁਕਾ ਸੁਕਾ ਕੇ ਲਾ ਲਿਆ ਕਰੋ, ਆਹ 12 ਤਰੇਟ ਪਾਉਣ ਦੀ ਤਾਂ ਲੋੜ ਹੀ ਨਹੀਂ ਪੈਣੀ। ਬਾਕੀ ਦੋਸਤੋ ਜਿੱਥੇ ਜੜ੍ਹਾਂ ਕਾਲੀਆਂ ਹੁੰਦੀਆਂ ਨਾ ਉੱਥੇ ਖਾਸ ਕਰਕੇ ਜਿੰਕ ਦੀ ਘਾਟ ਹੁੰਦੀ ਹੈ, ਇਸੇ ਕਰਕੇ ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਹੁੰਦਾ ਕਿ ਆਪਾਂ ਆਪਣੇ ਵੰਦ ਵਿੱਚ ਜਿੰਕ ਠੋਕ ਕੇ ਪਾ ਲਈਏ, ਕੋਈ ਬਿਮਾਰੀ ਆਉਣੀ ਨਹੀਂ। ਬਾਕੀ ਦੋਸਤੋ ਜਿਹੜਾ ਇਹ 12 ਤਰੇਟ ਆ ਸਿਰਫ ਐਮਰਜੈਂਸੀ ਖਾਤਰ ਹੀ ਬਣਿਆਗਾ, ਜੇਕਰ ਆਪਣਾ ਝੋਨਾ ਚੱਲੇ ਨਾ, ਪਹਿਲੀ ਗੱਲ ਤਾਂ ਦੋਸਤੋ ਇਹਨੂੰ ਪਾਉਣ ਦੀ ਲੋੜ ਹੀ ਨਹੀਂ, ਜੇਕਰ ਆਪਾਂ ਪਾਣੀ ਸੁਕਾ ਸੁਕਾ ਕੇ ਲਾਉਣੇ ਆ ਨਾ ਤਾਂ ਇਹਨੂੰ ਪਾਉਣ ਦੀ ਲੋੜ ਹੀ ਨਹੀਂ, ਇਹ ਫਾਲਤੂ ਖਰਚਾ ਇੱਕ। ਜੇਕਰ ਫਿਰ ਵੀ ਪਾਉਣਾ ਤੁਹਾਨੂੰ ਐਂ ਲੱਗਦਾ ਜਰ ਇਹਦੇ ਨਾਲ ਪਟਾਰੀ ਬਾਲਾ ਕਰਦਾ, ਫਿਰ ਪਾਈ ਚੱਲੋ, ਕਿਉਂਕਿ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਹਨੇ ਕੁਛ ਮੰਨਣਾ ਹੀ ਨਹੀਂ, ਕਹਿੰਦੇ ਨਹੀਂ ਨਹੀਂ ਤੈਨੂੰ ਕੀ ਪਤਾ, ਇਹਦੇ ਵਗੈਰ ਤਾਂ ਸਾਡਾ ਝੋਨਾ ਨਹੀਂ ਚੱਲਦਾ। ਕਿਉਂਕਿ ਮੈਂ ਕਈ ਕਿਸਾਨ ਵੀਰ ਵੇਖੇ ਆ ਜਿਹੜੇ ਕਹਿੰਦੇ ਕਲੋਰੋ ਕਰਾਟੇ ਜਾਂ ਆਹ ਰੀਜੈਂਟ ਪਾਉਣ ਨਾਲ ਤਾਂ ਸਾਡਾ ਝੋਨਾ ਹੀ ਨਹੀਂ ਚੱਲਦਾ, ਇਹ ਤਾਂ ਸਾਨੂੰ ਪਾਉਣੀ ਪੈਂਦੀ ਹੈਗੀ। ਤਾਂ ਦੋਸਤੋ ਆਹ ਜਿਹੜਾ ਤੁਸੀਂ ਝੋਨਾ ਦੇਖ ਰਹੇ ਹੋ ਨਾ ਇਹਦੇ 'ਚ ਮੈਂ ਕੁਛ ਵੀ ਨਹੀਂ ਪਾਇਆ, 12 ਤਰੇਟ ਵੀ ਨਹੀਂ ਪਾਇਆ, ਹੁਣ ਇਹ ਕਿਵੇਂ ਫਟਾਰਾ ਕਰੀ ਜਾਂਦਾ ਇਹ ਤੁਸੀਂ ਆਪ ਦੇਖ ਲਓ। ਮੈਂ ਨਾ ਕੱਲ੍ਹ ਨਵੀਂ ਵੀਡੀਓ ਪਾਊਂਗਾ ਆਪਣਾ ਝੋਨਾ ਹੁਣ ਪੂਰੇ ਮਹੀਨੇ ਦਾ ਹੋ ਗਿਆ, ਅਤੇ ਦਿਖਾਊਂਗਾ ਵੀ ਕਿਸ ਤਰ੍ਹਾਂ ਦਾ ਝੋਨਾ ਗਾ, ਕਿਉਂਕਿ ਮੈਂ ਉਹਦੇ ਵਿੱਚ 12 ਤਰੇਟ ਨਹੀਂ ਪਾਇਆ, ਅਤੇ ਕਿਵੇਂ ਫਟਾਰਾ ਕਰ ਗਿਆ ਦਿਖਾਊਂਗਾ ਕੱਲ੍ਹ ਨੂੰ। ਹੁਣ ਦਿਓ ਇਜਾਜ਼ਤ, ਧੰਨਵਾਦ ਦੋਸਤੋ।